ਐਫ ਚੈਰੀਟੇਬਲ ਟਰੱਸਟ ਪਿੰਡ ਜਲਭੇਂ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨ ਕੈਂਪ ਵਿੱਚ ਨੌਜਵਾਨਾਂ ਵੱਲੋਂ 63 ਯੂਨਿਟ ਖੂਨਦਾਨ ਕੀਤਾ ਗਿਆ। ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਟਰੱਸਟ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਚਰਨਦਾਸ ਵੱਲੋਂ ਵੀ ਖੂਨਦਾਨ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਗਿਆਨਚੰਦ, ਗੁਰਸ਼ਰਨ ਸਿੰਘ, ਕੁਲਭੂਸ਼ਣ ਸਿੰਘ, ਪਿਆਰਾ ਰਾਮ, ਸੁਰਿੰਦਰ ਸਿੰਘ, ਟਰੱਸਟ ਦੇ ਮੈਂਬਰ ਕਮਲਜੀਤ ਸਿੰਘ, ਐਡਵੋਕੇਟ ਸੁਖਵੀਰ ਸਿੰਘ, ਜਗਤਾਰ ਸਿੰਘ, ਅਜੇ ਕੁਮਾਰ, ਸੰਦੀਪ ਕੁਮਾਰ, ਮਨਪ੍ਰੀਤ ਸਿੰਘ, ਕਰਮਜੀਤ ਸਿੰਘ ਵੱਲੋਂ ਭਾਈ ਘਨੱਈਆ ਜੀ ਬਲੱਡ ਬੈਂਕ ਦੇ ਪ੍ਰਧਾਨ ਜਤਿੰਦਰ ਸੋਨੀ ਅਤੇ ਸੁਮਿਤ ਗੁਪਤਾ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਐਡਵੋਕੇਟ ਸੁਖਵੀਰ ਸਿੰਘ ਵੱਲੋਂ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਨਸ਼ਾ ਮੁਕਤ ਪੰਜਾਬ ਅਤੇ ਖੂਨਦਾਨ ਕਰਨ ਦਾ ਸੁਨੇਹਾ ਦਿੱਤਾ ਗਿਆ। ਜਲੰਧਰ ਤੋਂ ਲਾਈਵ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ। ਮੈਂ ਸੁਖਵੀਰ ਸਿੰਘ, ਐਡਵੋਕੇਟ, ਮੈਂਬਰ ਚੈਰੀਟੇਬਲ ਨਿਊ ਲਾਈਫ ਚੈਰੀਟੇਬਲ ਮੈਂਬਰ ਟਰੱਸਟ ਜਲਭੇਂ, ਜ਼ਿਲ੍ਹਾ ਜਲੰਧਰ। ਅਸੀਂ ਇਹ ਪਿੰਡ ਵਾਲਿਆਂ ਨੇ ਸਾਰੇ ਮੁੰਡਿਆਂ ਰਲ ਕੇ ਇੱਕ ਬਲੱਡ ਡੋਨੇਸ਼ਨ ਕੈਂਪ ਲਾਇਆ, ਔਰਗਨਾਈਜ਼ ਕੀਤਾ, ਤਾਂ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨੂੰ ਇਹ ਪਤਾ ਲੱਗ ਸਕੇ ਕਿ ਬਲੱਡ ਡੋਨੇਸ਼ਨ ਕਰਨ ਦੇ ਨਾਲ ਕਿਸੇ ਦੀ ਅਸੀਂ ਜਾਨ ਬਚਾ ਸਕਦੇ ਹਾਂ। ਜਿਸ ਜ਼ਰੂਰਤਮੰਦ ਨੂੰ ਖੂਨ ਦੀ ਲੋੜ ਹੈ ਉਸਨੂੰ ਖੂਨ ਇਹ ਮਿਲ ਸਕਦਾ ਹੈ, ਅਤੇ ਇਸ ਦੇ ਨਾਲ ਆਉਣ ਵਾਲੀਆਂ ਕੀਮਤੀ ਜਾਨਾਂ ਜਿਹੜੀਆਂ ਬਗੈਰ ਖੂਨ ਤੋਂ ਜਿਹੜੀਆਂ ਚਲੀਆਂ ਜਾਂਦੀਆਂ ਉਹਨਾਂ ਨੂੰ ਬਚਾਇਆ ਜਾ ਸਕਦਾ ਹੈ। ਅਤੇ ਨੌਜਵਾਨ ਜਿਹੜੇ ਹੈਗੇ ਆ ਅੱਜ ਕੱਲ੍ਹ ਦੇ, ਉਹਨਾਂ ਨੂੰ ਨਸ਼ਿਆਂ ਨੂੰ ਛੱਡ ਕੇ ਇਸ ਤਰ੍ਹਾਂ ਦੇ ਚੰਗੇ ਕੰਮ ਕਰਨ ਵਾਸਤੇ ਅਸੀਂ ਪ੍ਰੇਰਿਤ ਕਰਾਂਗੇ। ਹੋ ਸਕਦਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵਧੀਆ ਅਤੇ ਵੱਧ ਤੋਂ ਵੱਧ ਕੈਂਪ ਲਗਾਈਏ। ਅਤੇ ਸਾਡਾ ਇਹ ਪਹਿਲਾ ਕੈਂਪ ਹੈ, ਸਾਡਾ ਇਸ ਵਿੱਚ ਟਾਰਗੇਟ ਹੈ ਕਿ ਅਸੀਂ ਘੱਟ ਤੋਂ ਘੱਟ ਜਿਹੜਾ 100 ਯੂਨਿਟ ਜਿਹੜਾ ਬਲੱਡ ਹੈ ਉਹ ਡੋਨੇਟ ਕਰਾਂਗੇ। ਅਤੇ ਮੈਂ ਉਹਨਾਂ ਵੀਰਾਂ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਕਿ ਸਾਡੇ ਪਿੰਡ ਦੇ ਔਰ ਪਿੰਡ ਤੋਂ ਬਾਹਰ ਦੇ ਲਾਗੇ ਲੱਗਦੇ ਪਿੰਡਾਂ ਵਾਲੇ ਜਿਹੜੇ ਆ ਕੇ ਸਾਡੇ ਬਲੱਡ ਡੋਨੇਟ ਕੀਤਾ ਹੈ, ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਾਂਗਾ। ਇਹ ਜੋ ਕੈਂਪ ਜੋ ਹੈ ਬਲੱਡ ਦੇ ਬਾਰੇ ਜੋ ਹੈ ਲਾਇਆ ਹੈ, ਇਸ ਦੇ ਬਾਰੇ ਜੋ ਹੈ ਇਹ ਮੈਂ ਕਹਿਣਾ ਚਾਹੁੰਦਾ ਹਾਂ ਕਿ ਨਵੀਂ ਪੀੜ੍ਹੀ ਨੌਜਵਾਨ ਜੋ ਹੈ ਨਸ਼ਿਆਂ ਦੇ ਵੱਲ ਜ਼ਿਆਦਾ ਝੁਕਾਅ ਹੋ, ਉਹ ਤੋਂ ਰਹਿਤ ਹੋ ਕੇ ਜੋ ਹੈ ਬਲੱਡ ਜੋ ਹੈ ਦੇਣਾ ਚਾਹੀਦਾ। ਨੰਬਰ 2 ਇਹ ਹੈ ਕਿ ਜਿਸ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਨੌਜਵਾਨਾਂ ਨੇ ਸਾਰਿਆਂ ਨੂੰ ਮਿਲ ਕੇ ਜੋ ਹੈ ਇਹ ਜੋ ਹੈ ਕੰਮ ਬਲੱਡ ਦੇਣ ਦਾ ਕੀਤਾ ਹੈ, ਇਸ ਤਰ੍ਹਾਂ ਮੈਂ ਸਾਰਿਆਂ ਨੂੰ ਅਰਜ਼ ਕਰਦਾ ਹਾਂ, ਗੁਜ਼ਾਰਿਸ਼ ਕਰਦਾ ਹਾਂ ਕਿ ਸਾਰੇ ਹੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਜ਼ਿਆਦਾ ਤੋਂ ਜ਼ਿਆਦਾ ਜੋ ਹੈ ਕੈਂਪ ਜੋ ਹੈ ਲਾਉਣੇ ਚਾਹੀਦੇ ਹਨ, ਤਾਂ ਕਿ ਬੱਚਿਆਂ ਦਾ ਝੁਕਾਓ ਜੋ ਹੈ ਇੱਧਰ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ ਔਰ ਨਸ਼ਿਆਂ ਤੋਂ ਰਹਿਤ ਰਹਿ। ਹਾਂਜੀ, ਅੱਜ ਪਿੰਡ ਜਲਭੇਂ, ਜ਼ਿਲ੍ਹਾ ਜਲੰਧਰ ਵਿਖੇ ਬਲੱਡ ਡੋਨੇਟ ਕੈਂਪ ਜਿਹੜਾ ਆ ਉਹ ਸਵੇਰ ਤੋਂ ਹੀ ਚੱਲ ਰਿਹਾ ਹੈ। ਸਭ ਤੋਂ ਪਹਿਲਾਂ ਮੈਂ ਸਮੂਹ ਪ੍ਰਬੰਧਕ ਵੀਰਾਂ ਦਾ ਅਤੇ ਜਿੰਨੇ ਵੀ ਸੱਜਣ ਬਲੱਡ ਡੋਨੇਟ ਲਈ ਆਏ ਆ, ਚਾਹੇ ਪਿੰਡ ਦੇ ਆ ਚਾਹੇ ਬਾਹਰੋਂ ਆ, ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਅਤੇ ਬਾਕੀ ਅਕਸਰ ਇੱਦਾਂ ਹੁੰਦਾ ਹੈ ਕਿ ਜਦੋਂ ਵੀ ਬਲੱਡ ਦੀ ਲੋੜ ਪੈਂਦੀ ਹੈ ਤਾਂ ਕੋਈ ਵੀ ਮਰੀਜ਼ ਜਿਹੜਾ ਹੈ ਬਲੱਡ ਦੀ ਥੋੜ ਕਰਕੇ ਆਪਣੀ ਜਾਨ ਗੁਆ ਦਿੰਦਾ ਹੈ। ਸੋ ਸਾਡੇ ਟਰੱਸਟ ਦਾ ਜਿਹੜਾ ਹੈ ਉਹ ਏਮ ਹੈ ਕਿ ਜ਼ਰੂਰਤ ਪੈਣ ਦੇ ਉੱਤੇ ਕਿਸੇ ਵੀ ਲੋੜਵੰਦ ਨੂੰ, ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਹੈ, ਉਸ ਨੂੰ ਸਮੇਂ ਦੀ ਲੋੜ ਅਨੁਸਾਰ ਬਲੱਡ ਜਿਹੜਾ ਉਹ ਜ਼ਰੂਰੀ ਲੋੜੀਂਦਾ ਹੈ ਅਤੇ ਪ੍ਰੋਵਾਈਡ ਹੋਵੇ। ਬਸ ਇਸ ਏਮ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਨੌਜਵਾਨ ਹੈ ਉਹ ਨਸ਼ਿਆਂ ਤੋਂ ਦੂਰ ਹੋ ਕੇ ਇਹੋ ਜਿਹੇ ਸਮਾਜ ਸੇਵੀ ਕੰਮਾਂ ਦੇ ਵਿੱਚ ਹਿੱਸਾ ਲੈਣ, ਔਰ ਅਸੀਂ ਪ੍ਰਣ ਕਰਦੇ ਹਾਂ ਕਿ ਹਰੇਕ ਸਾਲ ਅੱਗੇ ਤੋਂ ਇਹ ਬਲੱਡ ਕੈਂਪ ਜਿਹੜਾ ਆ ਵੱਖ ਵੱਖ ਪਿੰਡਾਂ ਦੇ ਵਿੱਚ ਸਾਡੀ ਸੁਸਾਇਟੀ ਵੱਲੋਂ ਲਾਇਆ ਜਾਵੇ। ਧੰਨਵਾਦ।